ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਸਾਡੇ ਚੈਨਲ ਸੀ ਆਰ ਫਿਲਮ ਦੇ ਵਿੱਚ। ਜਿਹੜੇ ਚੈਨਲ ਤੇ ਨਵੇਂ ਨੇ ਜੀ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ, ਬੈਲ ਆਈਕਨ ਜ਼ਰੂਰ ਦੱਬ ਦਿਆ ਕਰੋ ਤਾਂ ਜੋ ਸਾਡੀ ਵੀਡੀਓ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ। ਤੇ ਅੱਜ ਅਸੀਂ ਜਿਹੜੀ ਵੀਡੀਓ ਦੇ ਰਿਐਕਸ਼ਨ ਕਰਨ ਜਾ ਰਹੇ ਜੀ, ਉਹ ਹੈਗੀ ਸ਼ਾਰਟ ਮੂਵੀ ਹੈ ਜੀ, ਜੰਗ ਜਿੱਤਾਂਗੇ ਜ਼ਰੂਰ। ਠੀਕ ਹੈ ਜੀ, ਮੂਵੀ ਦਾ ਨਾਮ ਆ ਜੀ ਫਰਾਈਡੇ ਰਸ਼ ਫਿਲਮ ਤੇ ਆਈ ਹੋਈ ਹੈ ਜੀ। ਕਿਸ ਟੌਪਿਕ ਤੇ ਹੋ ਸਕਦੀ ਹੈ ਵੈਸੇ ਤੁਹਾਡੇ ਹਿਸਾਬ ਨਾਲ? ਕਿਸਾਨਾਂ ਦੇ ਕਿਸਾਨਾਂ ਦੇ ਮੁੱਦੇ ਤੇ ਮੈਨੂੰ ਲੱਗਦਾ ਹੋਏਗੀ ਜੀ। ਜੰਗ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ ਜਾਂ ਕਿਸਾਨਾਂ ਦੇ ਹੋਊਗਾ ਜਾਂ ਜਵਾਨਾਂ ਦੇ ਕੁਛ, ਹੈ ਨਾ, ਜੈ ਜਵਾਨ ਜੈ ਕਿਸਾਨ ਕੁਛ ਇੱਦਾਂ ਦਾ ਹੋ ਸਕਦਾ। ਚਲੋ, ਪਰ ਸਾਨੂੰ ਪਤਾ ਨਹੀਂ, ਅਸੀਂ ਵੀ ਤੁਹਾਡੇ ਸਾਹਮਣੇ ਪਹਿਲੀ ਵਾਰੀ ਦੇਖਾਂਗੇ। ਕਰੀਏ ਜੀ ਸਟਾਰਟ। ਹਾਂਜੀ, ਚਲੋ ਜੀ। ਕਿਸਾਨੀ ਸੰਘਰਸ਼ ਦੌਰਾਨ ਇੱਕ ਹੋਰ ਮੌਤ, ਇੱਕ ਹੋਰ ਕਿਸਾਨ ਅੰਦੋਲਨ ਦੀ ਭੇਟ ਚੜਿਆ ਹੈ। ਅਮਲੋਹ ਦੇ ਪਿੰਡ ਸਲਾਣੀ ਦਾ ਰਹਿਣ ਵਾਲਾ ਕਿਸਾਨ ਬਿਮਾਰ ਹੋਣ ਦੇ ਚਲਦੇ ਘਰ ਪਰਤਿਆ ਸੀ, ਜਿਸਦੀ ਕਿ ਮੌਤ ਹੋ ਗਈ। ਮੇਰੇ ਫੌਜੀ ਪੁੱਤ ਦਾ ਕੀ ਹਾਲ ਆ? ਮੈਂ ਤਾਂ ਠੀਕ ਹਾਂ। ਮੈਂ ਤਾਂ ਬਾਪੂ ਠੀਕ ਆ, ਫੋਨ ਨਹੀਂ ਚੱਕਦਾ। ਫੋਨ ਸਵਿੱਚ ਆਫ ਹੋ, ਤਾਂ ਗੱਲ ਹੋਈ ਤੇਰੇ ਨਾਲ? ਹਾਂ ਹਾਂ ਹੋਈ ਸੀ, ਠੀਕ ਨੇ। ਤੈਨੂੰ ਪਤਾ ਤਾਂ ਹੈ ਕਿ ਦਿੱਲੀ ਮੋਰਚੇ ਤੇ ਗਏ ਹੋਏ ਨੇ ਉਹ, ਨਾਲੇ ਤੂੰ ਕਾਹਤੋਂ ਇੰਨਾ ਘਬਰਾਇਆ ਹੈ ਪਿਆ? ਉਹ ਬਸ ਉਹੀ ਡਰ ਜਿਹਾ ਪੈ ਗਿਆ ਸੀਗਾ। ਡਰ ਕਾਹਦਾ? ਆਪਣੇ 70 ਕਿਸਾਨ ਸ਼ਹੀਦ ਹੋ ਗਏ ਤੇ ਬਾਪੂ ਬਿਮਾਰ ਰਹਿੰਦਾ, ਉਹ ਡਰ ਜਿਹਾ ਲੱਗ ਗਿਆ ਕਿਤੇ ਉਹਨੂੰ ਕੁਝ ਹੋ ਨਾ ਜਾਵੇ। ਹੈ ਕਮਲਾ ਨਾ ਹੋਵੇ ਤਾਂ ਤੈਨੂੰ ਯਾਦ ਨੇ, ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਹਾਂ, ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਪੂਰਾ ਪਰਿਵਾਰ ਵਾਰਤਾ ਸੀ। ਤੇ ਜੇ ਤੇਰਾ ਪਿਓ ਦਿੱਲੀ ਮੋਰਚੇ 'ਚ ਸ਼ਹੀਦ ਹੋ ਵੀ ਗਿਆ ਤੇ ਆਪਣੇ ਵਾਸਤੇ ਤਾਂ ਮਾਣ ਵਾਲੀ ਗੱਲ ਆ। ਡਰਨਾ ਮੇਰਾ ਪੁੱਤ, ਮਾਤਾ ਮੇਰਾ ਤਾਂ ਆਪਣਾ ਦਿਲ ਕਰਦਾ ਬਾਰਡਰ ਛੱਡ ਕੇ ਨਾ ਧਰਨੇ 'ਤੇ ਚੱਲ ਜਾਵਾਂ ਬਾਪੂ ਕੋਲ। ਨਾ ਨਾ ਪੁੱਤ, ਇਹ ਗੱਲ ਤੇਰੇ ਵਾਸਤੇ ਚੰਗੀ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਆਪਣਾ ਸੀਸ ਕਟਵਾਤਾ ਸੀ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੀ ਖਾਤਰ। ਇਹ ਅੰਦੋਲਨ ਕਿਹੜਾ ਇਕੱਲੇ ਪੰਜਾਬ ਦਾ ਹੈ ਜਾਂ ਸਿੱਖਾਂ ਦਾ ਹੈ, ਇਹ ਅੰਦੋਲਨ ਤਾਂ ਸਾਰੇ ਹਿੰਦੁਸਤਾਨ ਦਾ ਹੈ। ਕੁਛ ਚੰਦ ਲੋਕ ਸਰਕਾਰ ਨਾਲ ਮਿਲ ਕੇ ਸਾਰੀ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੇ ਨੇ, ਪਰ ਆਪਾਂ ਇਹ ਹੋਣ ਨਹੀਂ ਦੇਣਾ। ਤੂੰ ਤਕੜਾ ਹੋ ਕੇ ਬਾਰਡਰ ਤੇ ਦੇਸ਼ ਦੀ ਸੇਵਾ ਕਰ ਤੇ ਆਪਣਾ ਧਰਮ ਨਿਭਾ। ਤੇਰਾ ਪਿਓ ਮੋਰਚੇ ਤੇ ਆਪਣਾ ਧਰਮ ਨਿਭਾ ਲਿਆ ਤੇ ਮੈਂ ਆਪਣਾ, ਸਮਝ ਗਿਆ? ਠੀਕ ਹੈ ਮਾਤਾ। ਜੈ ਜਵਾਨ ਜੈ ਕਿਸਾਨ। ਸ਼ਾਬਾਸ਼ ਮੇਰਾ ਪੁੱਤ। ਬੇਟਾ ਵਹਾਂ ਸਰਹੱਦ ਪਰ ਬੈਠ ਕਰ ਹਿੰਦੁਸਤਾਨ ਕੀ ਰਕਸ਼ਾ ਕਰ ਰਹਾ ਹੈ, ਔਰ ਬਾਪ ਯਹਾਂ ਦਿੱਲੀ ਬਾਰਡਰ ਪਰ ਬੈਠ ਕਰ ਆਪਣੇ ਹੱਕੋਂ ਕੀ ਲੜਾਈ ਲੜ ਰਹਾ ਹੈ। ਲੇਕਿਨ ਅਗਰ ਦੇਖਾ ਜਾਏ ਤੋ ਸਰਕਾਰ ਕਾ ਰਵੱਈਆ ਅਭੀ ਵੀ ਕਿਤਨਾ ਨਕਾਰਾਤਮਕ ਹੈ। ਵੋ ਸੁਣਨਾ ਨਹੀਂ ਚਾਹਤੇ, ਸਮਝਣਾ ਨਹੀਂ ਚਾਹਤੇ, ਜਾਂ ਕੁਛ ਕਰਨਾ ਨਹੀਂ ਚਾਹਤੇ। ਆਪਕਾ ਕਿਆ ਖਿਆਲ ਹੈ ਇਸ ਬਾਰੇ ਮੇਂ? ਦੇਖੋ, ਪੁੱਤ ਮੁਲਕ ਦੇ ਬਾਰਡਰਾਂ ਦੇ ਉੱਤੇ ਆਪਣੇ ਫਰਜ਼ ਅਦਾ ਕਰ ਰਹੇ ਨੇ, ਅਸੀਂ ਇੱਥੇ ਦਿੱਲੀ ਦੇ ਬਾਰਡਰਾਂ ਤੇ ਬਹਿ ਕੇ ਆਪਣੇ ਫਰਜ਼ ਅਦਾ ਕਰ ਰਹੇ ਹਾਂ। ਰਹੀ ਗੱਲ ਜ਼ਮੀਨ ਦੀ, ਸਾਡੀ ਜ਼ਮੀਨ ਸਿਰਫ ਜ਼ਮੀਨ ਨਹੀਂ, ਉਹ ਸਾਡੀ ਮਾਂ ਹੈ, ਨਾਲੇ ਖੇਤੀ ਸਾਡਾ ਧੰਦਾ ਨਹੀਂ, ਇਹ ਸਾਡੀ ਵਿਰਾਸਤ ਹੈ। ਇਹ ਅੰਦੋਲਨ ਸਾਡੀ ਹੋਣ ਦਾ ਅੰਦੋਲਨ ਹੈ। ਜਦੋਂ ਤੱਕ ਅਸੀਂ ਅੰਦੋਲਨ ਜਿੱਤੇ ਨਹੀਂ ਨਾ, ਉਦੋਂ ਤੱਕ ਵਾਪਸ ਨਹੀਂ ਮੁੜਾਂਗੇ, ਚਾਹੇ ਇਹਦੇ ਲਈ ਸਾਨੂੰ ਆਪਣੀਆਂ ਜਾਨਾਂ ਕਿਵੇਂ ਦੇਣੀਆਂ ਪੈਣ। ਇਹੀ ਜਿਹੜੀ ਗੱਲ ਕਹੀ ਇਹਨਾਂ ਨੇ ਵੀ ਅਸੀਂ ਡਟੇ ਰਵਾਂਗੇ, ਵੀ ਚਾਹੇ ਸਾਡੀ ਉਰੇ ਜਾਨਾਂ ਚਲੀ ਜਾਣ। ਇਹੀ ਕੱਲ ਸੰਸਦ ਦੇ ਵਿੱਚ ਗੱਲ ਬੰਦੇ ਨੇ, ਪਤਾ ਨਹੀਂ ਮੈਨੂੰ ਨਾਂ ਨਹੀਂ ਪਤਾ ਬੰਦੇ ਦਾ ਕੀ ਆ, MP ਆ ਜਾਂ MLA ਨਹੀਂ ਪਤਾ, ਵੀ ਉਹ ਉਸ ਬੰਦੇ ਨੇ ਇਹੀ ਗੱਲ ਕਹੀ ਆ ਵੀ ਜਿੰਨਾ ਵੀ ਜੇ ਪਿਆਰ ਨਾਲ ਗੱਲ ਸਮਝਾਓਗੇ ਤਾਂ ਸਮਝ ਜਾਣਗੇ, ਠੀਕ ਆ। ਜੇ ਇਹਨਾਂ ਨੂੰ ਗੋਲੀਆਂ ਦੇ ਤੋਪਾਂ ਦੇ ਇਹਨਾਂ ਦੇ ਡਰਾਵੇ ਦਓਗੇ ਤੇ ਸਮਝਦੇ, ਕਹਿੰਦੇ ਫਿਰ ਡਰਦੇ ਨਹੀਂ ਇਹ,
ਇਹ ਡਰਨ ਵਾਲੀ ਕੌਮ ਨਹੀਂ ਹੈਗੀ ਜਿਹਨਾਂ ਨੂੰ ਤੁਸੀਂ ਡਰਾਉਣ ਲੱਗੇ ਇਹ ਸਭ ਤੋਂ ਵਧੀਆ ਚੀਜ਼ ਆ ਦੀ ਜੈਸੇ ਕਿ ਆਪ ਕਹਿ ਰਹੇ ਹੈ ਕਿ ਇਹ ਆਪਕੀ ਨਸਲੋਂ ਫਸਲੋਂ ਕੀ ਲੜਾਈ ਹੈ ਇਹ ਆਪਕੇ ਖੂਨ ਕੀ ਲੜਾਈ ਹੈ ਲੇਕਿਨ ਕੁਛ ਲੋਕ ਤੋਂ ਆਪਕੋ ਖਾਲਿਸਤਾਨੀ ਨਕਸਲਵਾਦੀ ਯਹਾਂ ਤੱਕ ਕਿ ਟੈਰਰਿਸਟ ਵੀ ਕਹਿ ਰਹੇ ਹੈ ਤੋ ਆਪਕੋ ਉਸਕੇ ਬਾਰੇ ਮੇਂ ਕਿਆ ਕਹਿ ਰਹੇ ਹੈ ਸਾਨੂੰ ਖਾਲਿਸਤਾਨੀ ਕਿਹਾ ਕਿ ਨਹੀਂ ਮੀਡੀਆ ਨੇ ਅਸੀਂ ਖਾਲਸ ਹਾਂ ਸ਼ੁੱਧ ਪਿਓਰ ਹਾਂ ਸਾਫ ਹਾਂ ਦਿਮਾਗ ਪੱਖੋਂ ਵੀ ਵਿਚਾਰਾਂ ਪੱਖੋਂ ਵੀ ਤੇ ਕਿਰਦਾਰਾਂ ਪੱਖੋਂ ਵੀ ਸਹੀ ਹੈ ਸਾਡੇ ਕੋਲ ਇਹ ਅੰਦੋਲਨ ਲੜਨ ਲਈ ਬਹੁਤ ਸਾਰਾ ਅਸਲਾ ਵੀ ਹੈ ਦੇਖਣਾ ਚਾਹੋਗੇ ਤੁਸੀਂ ਜੀ ਬਿਲਕੁਲ ਆਓ ਮੇਰੇ ਨਾਲ ਸਹੀ ਹੈ नवी ऊर्जा दिंदा ਇਹ ਜ਼ਿੰਦਗੀ ਜਿੰਦਾ ਬਾਤ ਕਹਿੰਦਾ ਸਾਡੇ ਕੋਲ ਕੱਪੜੀ ਫੌਜ ਸਾਡੇ ਕੋਲ ਸੈਨਿਕ ਆਹ ਕੋਈ ਸਰ ਆਹ ਚਲੋ ਇਨਕਲਾਬ ਜਿੰਦਾਬਾਦ 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 ਸਾਡਾ ਭਾਈਚਾਰਾ ਜਿੰਦਾਬਾਦ 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 ਪੁੱਤਰਾ ਇਧਰ ਆ ਪੁੱਤ ਕੀ ਕਰਦਾ ਹੈ की है बापू जी जवान देश की रक्षा लई बॉर्डर ते खड़ा जी
ਦੂਜੇ ਵਾਸਤੇ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਉਹਦੇ ਸਰਕਾਰ ਦੇ ਮੂਹਰੇ ਖੜਾ ਜੀ। ਇਹ ਸਰਕਾਰਾਂ ਨੇ ਹਾਂਜੀ ਤੇ ਬਸ ਇੱਕ ਇਹਨਾਂ ਨੇ ਆਪਣਾ ਪ੍ਰੋਪਗੈਂਡਾ ਤਿਆਰ ਕੀਤਾ ਹੋਇਆ ਵੀ ਇੱਕ ਦੂਜੇ ਨਾਲ ਲੜਾਈ ਜਾਓ, ਤੂੰ ਹਿੰਦੂ ਆ ਜੀ, ਤੂੰ ਮੁਸਲਮਾਨ ਆ, ਤੂੰ ਉਹ ਆ, ਸਿੱਖ ਆ ਜੀ, ਤੂੰ ਇੱਕ ਦੂਜੇ ਨਾਲ ਲੜਾਈ ਜਾਂਦੇ ਆ ਸਾਰਿਆਂ ਨੂੰ, ਠੀਕ ਆ ਜੀ। ਦੇਖਣ ਨਾਲੇ ਬਾਰਡਰ ਦੇ ਤੇ ਫੌਜੀ ਆਪਣੀ ਪੂਰੀ ਉਹ ਕਰ ਰਿਹਾ, ਇੰਡੀਆ ਦੀ ਹਰ ਰੱਖਿਆ ਕਰ ਰਿਹਾ, ਹੈ ਨਾ, ਹਾਂਜੀ ਆਪਣੇ ਦੇਸ਼ ਦੀ ਔਰ ਰੱਖਿਆ ਕਰ ਰਿਹਾ। ਇੱਧਰ ਕਿਸਾਨ ਆਪਣੇ ਹੱਕ ਲਈ ਹੀ ਲੜ ਰਹੇ ਨੇ, ਉਹ ਵੀ ਸਰਕਾਰ ਨਾਲ, ਔਰ ਸਰਕਾਰ ਉਸੇ ਉਹਨਾਂ ਨੇ ਹੀ ਅੱਤਵਾਦੀ ਦੱਸੀ ਜਾਂਦੇ ਜਿਹਨਾਂ ਦੇ ਪੁੱਤ ਬਾਰਡਰ ਤੇ ਸ਼ਹੀਦ ਹੋ ਰਹੇ ਨੇ। ਦੇਖੋ ਇਹ ਅੱਤਵਾਦੀ ਹੋ ਗਏ, ਦੱਸੋ ਬਿਜ਼ਨਸਮੈਨ ਬਣੇ ਹੋਏ ਨੇ ਅੱਜ ਕੱਲ, ਠੀਕ ਆ, ਉਹਨਾਂ ਨੂੰ ਆਪਾਂ ਚੱਕ ਕੇ ਕੁਰਸੀਆਂ ਤੇ ਬਿਠਾ ਤਾ, ਠੀਕ ਆ ਜੀ। ਹੁਣ ਉਹ ਆਪਾਂ ਨੂੰ ਪੁੱਛ ਰਹੇ ਨੇ ਵੀ ਤੁਸੀਂ ਹਿੰਦੁਸਤਾਨ ਦੇ ਗਰਦਾਰ ਹੋ ਜਾਂ ਹਿੰਦੁਸਤਾਨ ਦੇ ਆ, ਤੁਸੀਂ ਅੱਤਵਾਦੀ ਹੋ ਜਾਂ ਕੁਛ, ਹੈ ਨਾ, ਇਹ ਚੀਜ਼ਾਂ ਗਲਤ ਨੇ ਜੀ। ਵੈਸੇ ਸੋਚਣਾ ਚਾਹੀਦਾ, ਇਸ ਸਰਕਾਰ ਤੋਂ ਅਸਤੀਫਾ ਮੰਗਣਾ ਚਾਹੀਦਾ ਵੈਸੇ, ਜਿਹੜਾ ਇੰਨਾ ਕੁਛ ਇਹਨਾਂ ਨੇ ਗਲਤ ਪਾਸੇ ਕਰਿਆ ਇੰਡੀਆ ਨੂੰ, ਠੀਕ ਹੈ ਜੀ। ਬਹੁਤ ਵਧੀਆ ਮਤਲਬ ਮੂਵੀ ਆ ਤੇ ਬਹੁਤ ਹੀ ਇਮੋਸ਼ਨਲ ਪੂਰੀ ਉਹ ਦਿਖਾਈ ਗਈ ਹੈ ਜੀ, ਪੂਰੀ ਰੀਅਲ ਲਾਈਫ ਤੇ ਸਟੋਰੀ ਦਿਖਾਈ ਗਈ ਆ, ਕਿਸ ਤਰ੍ਹਾਂ ਸਟਰਗਲ ਕਰਦੀ ਹੈ ਇੱਕ ਮਾਂ ਕਿ ਆਪਣੇ ਇੱਕ ਪੁੱਤ ਉਹਦਾ ਬਾਰਡਰ ਤੇ ਹੈ ਜੀ, ਤੇ ਦੂਜਾ ਉਹਦਾ ਘਰ ਵਾਲਾ ਆਪਣੇ ਹੱਕਾਂ ਲਈ ਉੱਥੇ ਬੈਠਾ ਜੀ ਧਰਨੇ ਤੇ। ਹੁਣ ਇਸ ਟਾਈਮ ਦੇਖੋ ਜੀ, ਐਂਡ ਦੇ ਵਿੱਚ ਉਹਦਾ ਘਰ ਖਾਲੀ ਹੋ ਗਿਆ, ਹਾਂਜੀ, ਹੁਣ ਉਹ ਵੀ ਉੱਠ ਕੇ ਧਰਨੇ ਦੇ ਉੱਤੇ ਚਲੀ ਗਈ, ਹਾਂਜੀ, ਠੀਕ ਹੈ ਜੀ। ਚਲੋ ਅਗਲਾ ਪਾਰਟ ਆਏਗਾ ਫਿਰ, ਅਗਲੇ ਪਾਰਟ 'ਚ ਦੇਖਾਂਗੇ ਆਪਾਂ, ਉਹ ਵੀ ਰਿਐਕਸ਼ਨ ਜ਼ਰੂਰ ਕਰਾਂਗੇ। ਤੇ ਇਹ ਚੀਜ਼ ਸੋਚਣ ਵਾਲੀ ਹੈ ਜੀ, ਵੈਸੇ ਮਜਬੂਰ ਕਰਦੀ ਹੈ ਬੰਦੇ ਨੂੰ ਸੋਚਣ ਦੇ ਵੀ ਹਜੇ ਤੱਕ ਵੀ ਉਹ ਤਾਨਾਸ਼ਾਹੀ ਰਾਜ ਹੋ ਗਿਆ ਉਹਦਾ, ਹਾਂ ਹਾਂ ਹਾਂਜੀ, ਠੀਕ ਹੈ ਨਾ, ਜਿਹੜਾ ਹੁਣ ਤੱਕ ਨਹੀਂ ਮੰਨ ਰਿਹਾ ਹੈਗਾ, ਐਮਪੀਆਂ ਨੇ ਵੀ ਜ਼ੋਰ ਲਾ ਕੇ ਦੇਖ ਲਿਆ, ਹਜੇ ਤੱਕ ਉਹਦੇ ਟਸ ਤੋਂ ਮਸ ਨਹੀਂ ਹੋਇਆ ਬੰਦਾ, ਫਿਰ ਇਹੋ ਜਿਹੇ ਬੰਦੇ ਨੂੰ ਕੁਰਸੀ ਤੇ ਰਹਿਣ ਦੀ ਉਹ ਹੋ ਗਈ ਹੈਗੀ ਆ, ਇਹੋ ਜਿਹੇ ਬੰਦੇ ਨੂੰ ਕੁਰਸੀ ਤੋਂ ਉਤਾਰਨਾ ਚਾਹੀਦਾ। ਹੁਣ ਆਹ ਅੰਦੋਲਨ ਤਾਂ ਚਲੋ ਜਿਵੇਂ ਮਰਜ਼ੀ ਜਿਵੇਂ ਖਤਮ ਹੋਵੇ, ਠੀਕ ਹੈ, ਬਿੱਲ ਤਾਂ ਚਲੋ ਰੱਦ ਹੋਣਗੇ ਹੋਣਗੇ, ਉਸ ਤੋਂ ਬਾਅਦ ਮੁੱਦਾ ਇਹੀ ਉੱਠਣਾ ਚਾਹੀਦਾ ਵੀ ਇਸ ਤੋਂ ਅਸਤੀਫਾ ਮੰਗੋ, ਬਸ ਸਾਫ ਜੀ ਗੱਲ ਆ। ਹੋਰ ਜੀ ਉਹ ਵੀ ਕੁਛ, ਚਲੋ ਠੀਕ ਹੈ ਜੀ, ਬਾਕੀ ਨੈਕਸਟ ਪਾਰਟ ਦੇ ਵਿੱਚ ਦੇਖਾਂਗੇ ਕੀ ਬਣਦਾ। ਚਲੀਏ ਜੀ, ਹਾਂਜੀ ਹਾਂਜੀ, ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ।